ਨਾਮ ਸਿਮਰ ਹੈ। ਮੈਂ 5ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਮੈਂ ਅੱਜ ਤੁਹਾਡੇ ਸਾਹਮਣੇ ਇੱਕ ਕਹਾਣੀ ਪੇਸ਼ ਕਰਨ ਜਾ ਰਹੀ ਹਾਂ, ਜਿਸਦਾ ਨਾਮ ਹੈ ਟੱਪਦੀਆਂ ਜੁਰਾਬਾਂ। ਇੱਕ ਦਿਨ ਰਾਜਨ ਸਵੇਰੇ ਸਵੇਰੇ ਛੱਪੜ 'ਤੇ ਰੁਕ ਗਿਆ। ਛੱਪੜ ਦਾ ਠੰਡਾ ਠੰਡਾ ਪਾਣੀ ਉਸਨੂੰ ਬਹੁਤ ਪਸੰਦ ਹੈ। ਉਸਨੂੰ ਛੱਪੜ ਵਿੱਚ ਚੁੱਭੀਆਂ ਲਾਉਣ ਵਿੱਚ ਬੜਾ ਮਜ਼ਾ ਆਉਂਦਾ ਸੀ। ਰਾਜਨ ਨੇ ਬੂਟ ਅਤੇ ਜੁਰਾਬਾਂ ਉਤਾਰੀਆਂ ਅਤੇ ਇੱਕ ਪਾਸੇ ਰੱਖ ਦਿੱਤੀਆਂ। ਉਸਨੇ ਆਪਣੇ ਕੱਪੜੇ ਵੀ ਲਾ ਕੇ ਇੱਕ ਪਾਸੇ ਰੱਖ ਦਿੱਤੇ। ਉਹ ਪਾਣੀ ਵਿੱਚ ਪੈਰ ਪਾ ਕੇ ਛੱਪੜ ਦੇ ਕਿਨਾਰੇ ਬੈਠ ਗਿਆ। ਬਹੁਤ ਦੇਰ ਰਾਜਨ ਛੱਪੜ ਵਿੱਚ ਨਿੱਕੇ ਨਿੱਕੇ ਪੱਥਰ ਸੁੱਟਦਾ ਰਿਹਾ। ਉਸਨੂੰ ਪੱਥਰਾਂ ਨਾਲ ਛੱਪੜ ਵਿੱਚ ਬਣਨ ਵਾਲੇ ਗੋਲੇ ਵੀ ਪਸੰਦ ਸਨ। ਉਹ ਅਜਿਹੇ ਗੋਲੇ ਬਣਾਉਣ ਲਈ ਕਈ ਵਾਰ ਛੱਪੜ 'ਤੇ ਆ ਜਾਂਦਾ। ਰਾਜਨ ਦੀ ਨਿਗਾਹ ਛੱਪੜ ਵਿਚਲੀਆਂ ਮੱਛੀਆਂ 'ਤੇ ਪਈ। ਉਸਨੇ ਪੱਥਰ ਸੁੱਟਣੇ ਬੰਦ ਕਰ ਦਿੱਤੇ। ਰਾਜਨ ਪਿਆਰ ਨਾਲ ਮੱਛੀਆਂ ਨੂੰ ਵੇਖਣ ਲੱਗਾ। ਰਾਜਨ ਨੇ ਕਾਲੀ ਮੱਛੀ ਵੇਖੀ, ਰਾਜਨ ਨੇ ਸੁਨਹਿਰੀ ਮੱਛੀ ਵੇਖੀ, ਉਸਨੇ ਚਮਕੀਲੀ ਮੱਛੀ ਵੀ ਵੇਖੀ। ਉਹ ਚੁੱਕ ਕੇ ਮੱਛੀਆਂ ਨੂੰ ਨੇੜਿਓਂ ਵੇਖਣ ਲੱਗਾ। ਛੱਪੜ ਵਿੱਚ ਬਹੁਤ ਸਾਰੀਆਂ ਮੱਛੀਆਂ ਸਨ। ਕੁਝ ਮੱਛੀਆਂ ਛੋਟੀਆਂ ਸੀ ਅਤੇ ਕੁਝ ਵੱਡੀਆਂ। ਰਾਜਨ ਮੱਛੀਆਂ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਸੀ। ਉਸਨੇ ਛੱਪੜ ਵਿੱਚ ਰੋਟੀ ਦੇ ਟੁਕੜੇ ਪਾਏ। ਰੋਟੀ ਖਾਣ ਲਈ ਬਹੁਤ ਸਾਰੀਆਂ ਮੱਛੀਆਂ ਆ ਗਈਆਂ। ਰਾਜਨ ਨੇ ਮੱਛੀਆਂ ਫੜਨ ਦੀ ਕੋਸ਼ਿਸ਼ ਕੀਤੀ। ਸਾਰੀਆਂ ਮੱਛੀਆਂ ਭੱਜ ਗਈਆਂ, ਇੱਕ ਵੀ ਮੱਛੀ ਤੱਕ ਨਹੀਂ ਆਈ। ਰਾਜਨ ਨੇ ਇੱਕ ਤਰਕੀਬ ਸੂਝੀ। ਉਸਨੇ ਸੋਚਿਆ ਕਿ ਉਹ ਜੁਰਾਬਾਂ ਵਿੱਚ ਮੱਛੀਆਂ ਫੜ ਲਏਗਾ। ਉਹ ਆਪਣੀਆਂ ਜੁਰਾਬਾਂ ਚੁੱਕਣ ਕਿਨਾਰੇ 'ਤੇ ਆ ਗਿਆ। ਰਾਜਨ ਦੀਆਂ ਜੁਰਾਬਾਂ ਕਿਨਾਰੇ 'ਤੇ ਨਹੀਂ ਸਨ। ਉਸਨੇ ਆਪਣੇ ਕੱਪੜੇ ਝਾੜ ਝਾੜ ਕੇ ਵੇਖੇ, ਉਸਨੇ ਬੂਟ ਵਿੱਚ ਵੀ ਵੇਖਿਆ, ਪਰ ਉਸ ਦੀਆਂ ਜੁਰਾਬਾਂ ਕਿਨਾਰੇ 'ਤੇ ਨਹੀਂ ਸਨ। ਰਾਜਨ ਦੀਆਂ ਜੁਰਾਬਾਂ ਤਾਂ ਦੂਰ ਮੈਦਾਨ ਵਿੱਚ ਟੱਪ ਰਹੀਆਂ ਸਨ। ਉਸ ਦੀ ਨਜ਼ਰੇ ਟੱਪਦੀਆਂ ਜੁਰਾਬਾਂ 'ਤੇ ਪਈ। ਰਾਜਨ ਤੁਰੰਤ ਛੱਪੜ ਤੋਂ ਬਾਹਰ ਆ ਗਿਆ। ਉਹ ਟੱਪਦੀਆਂ ਜੁਰਾਬਾਂ ਦੇ ਪਿੱਛੇ ਭੱਜਿਆ, ਜੁਰਾਬਾਂ ਅੱਗੇ ਅੱਗੇ ਟੱਪਦੀਆਂ ਰਹੀਆਂ। ਰਾਜਨ ਤੇਜ਼ੀ ਨਾਲ ਜੁਰਾਬਾਂ ਦੇ ਪਿੱਛੇ ਭੱਜਿਆ, ਪਰ ਉਹ ਉਹਨਾਂ ਨੂੰ ਫੜ ਨਹੀਂ ਸਕਿਆ। ਜੁਰਾਬਾਂ ਟੱਪਦੀਆਂ ਹੀ ਰਹੀਆਂ। ਜੁਰਾਬਾਂ ਇੱਕ ਝਾੜੀ ਵਿੱਚ ਜਾ ਕੇ ਫਸ ਗਈਆਂ। ਉਹਨਾਂ ਵਿੱਚੋਂ ਡੱਡੂ ਨਿਕਲੇ ਅਤੇ ਭੱਜ ਗਏ। ਰਾਜਨ ਨੇ ਇਹ ਦ੍ਰਿਸ਼ ਵੇਖ ਕੇ ਹੈਰਾਨ ਰਹਿ ਗਿਆ। ਧੰਨਵਾਦ।